ਪਟਿਆਲਾ ਦੇ ਵਿੱਚ ਪੰਜਾਬ ਸਰਕਾਰ ਤੋਂ ਵੀ ਲੋਕ ਨਾ ਖੁਸ਼ ਨਜ਼ਰ ਆਏ। ਸੜਕਾਂ ਦੀ ਖਸਤਾ ਹਾਲਤ ਤੋਂ ਪਰੇਸ਼ਾਨ ਨੇ ਲੋਕ, ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਨੇ ਲੋਕ। ਸ਼ਿਕਾਇਤਾਂ ਬਹੁਤ ਵਾਰ ਕੀਤੀਆਂ ਜਾ ਰਹੀਆਂ ਨੇ, ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਪਾਉਂਦਾ। ਸਥਾਨਕ ਲੋਕਾਂ ਦੀ ਪਰੇਸ਼ਾਨੀ ਹੈ। ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ 2 ਸਾਲਾਂ 'ਚ ਕੋਈ ਵਫਾ ਨਹੀਂ ਕੀਤਾ। ਇਸ ਸਾਲ ਲੋਕਾਂ ਦੀ ਨਾਰਾਜ਼ਗੀ ਹੈ। ਪਟਿਆਲਾ ਦੇ ਵਿੱਚ ਤਾਪਮਾਨ ਫਿਲਹਾਲ 47 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ। ਗੱਲ ਕਰੀਏ ਪਾਵਰ ਕੱਟਾਂ ਦੀ ਤਾਂ ਆਮ ਲੋਕਾਂ ਨਾਲ ਬਾਬਤ ਗੱਲ ਕਰਾਂਗੇ ਤੇ ਨਾਲ ਨਾਲ ਸੜਕਾਂ ਬਾਰੇ ਵੀ ਜਿਹੜਾ ਹੈਗਾ ਜਾਣਕਾਰੀ ਲਵਾਂਗੇ ਕਿ ਆਮ ਲੋਕਾਂ ਨਾਲ। ਸਤਿ ਸ੍ਰੀ ਅਕਾਲ, ਕੀ ਨਾਮ ਤੁਹਾਡਾ ਜੀ? ਪੂਜਾ। ਨਹੀਂ ਪਾਵਰ ਕੱਟ ਇਹ ਹੈ ਨਾ ਵੀ ਦੇਖੋ ਜੋ ਬਿਜਲੀ ਦਾ ਲੋਕਾਂ ਦੇ ਘਰ ਇੰਨੀ ਏਸੀ ਦੀ ਉਹ ਹੈ, ਪਰ ਉਸੇ ਸਮੇਂ ਲਾਈਟਾਂ ਪੂਰੀਆਂ ਨਹੀਂ ਦੇ ਰਹੇ ਆਪਾਂ ਨੂੰ। ਕੱਟ ਲੱਗਦੇ ਆ 4-4 ਘੰਟੇ ਦੇ। ਜੇ ਹੁਣ ਦੇਖੋ ਸਟਰੀਟ ਲਾਈਟ ਹੀ ਦੇਖ ਲਓ, ਰਾਤ ਨੂੰ ਬੰਦ ਹੁੰਦੀਆਂ, ਦਿਨੇ ਚੱਲ ਰਹੀਆਂ ਨੇ। ਇਹ ਲਾਈਟਾਂ ਦੀ ਵੇਸਟਿੰਗ ਹੀ ਹੋ ਰਹੀ ਹੈ ਨਾ, ਇਹਦਾ ਕੋਈ ਨਹੀਂ। ਹੁਣ ਸੜਕਾਂ ਦਾ ਦੇਖੋ, ਤੁਹਾਡੇ ਸਾਹਮਣੇ ਬਹੁਤ ਬੁਰਾ ਹਾਲ ਹੈ। ਇੱਥੇ ਸਭ ਨੂੰ ਪਤਾ, ਪਟਿਆਲੇ 'ਚ ਮਸ਼ਹੂਰ ਹੈ ਇਹ ਜਗ੍ਹਾ ਕਿ ਪਾਣੀ ਜਿੱਥੇ ਖੜਦਾ ਹੈ ਨਾ, ਉਹ ਲੋਕਾਂ ਨੂੰ ਪਤਾ ਚੱਲ ਜਾਏਗਾ ਕਿ ਇਹ ਮੇਨ ਹੈ। ਸੜਕਾਂ ਦਾ ਕੀ ਹਾਲ ਹੈ? ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਰ, ਪੂਰਾ ਪਟਿਆਲਾ ਪੱਟਿਆ ਹੋਇਆ ਇਹਨਾਂ ਨੇ। ਦੇਵਰਾਜ ਪਟਿਆਲੇ ਦੀ ਸੜਕਾਂ ਦਾ ਕੀ ਹਾਲ ਹੈ? ਪਟਿਆਲੇ ਸੜਕਾਂ ਬਹੁਤ ਬੁਰਾ ਹਾਲ ਹੈ ਜੀ। ਪੱਟ ਪਟਾਈ ਨੇ ਨਾਸ ਮਾਰਿਆ ਪਿਆ, ਪੱਟ ਕੇ ਸੁੱਟ ਕੇ ਚਲੇ ਜਾਂਦਾ, ਮੁੜ ਕੇ ਕੋਈ ਠੀਕ ਕਰਨੇ ਨਹੀਂ ਆਉਂਦਾ। ਆਹ 3 ਦਿਨ ਹੋ ਗਏ ਅਸੀਂ ਰੋਡ ਨੂੰ ਪੱਟਿਆ ਨੂੰ, ਕੋਈ ਦੇਖਦੇ ਨਹੀਂ, ਕੋਈ ਗੌਰ ਨਹੀਂ ਕਰ ਰਿਹਾ। ਪੂਰੀ ਪਟਾਈ ਨਹੀਂ ਕਰ ਰਹੇ ਇੱਥੇ, ਬਸ ਵਿਚਾਲਾ ਵਿਚਾਲੇ ਛੱਡ ਦਿੰਦੇ, ਮਾੜੀ ਜਿਹੀ ਪੜ ਦਿੰਦੇ, ਛੱਡ ਦਿੰਦੇ ਵਿਚਾਲੀ। ਕੋਈ ਪਟਾਈ ਵਾਲੇ ਕੋਈ ਧਿਆਨ ਨਹੀਂ ਦੇ ਰਿਹਾ। ਬਹੁਤ ਤਕੜੀ ਸਮੱਸਿਆ ਆ ਰਹੀ ਇੱਥੇ, ਇੰਨੀ ਭੀੜ ਰਹਿੰਦੀ, ਟ੍ਰੈਫਿਕ ਹੋਈ ਰਹਿੰਦੀ ਹੈ, ਲੋਕ ਇੱਕ ਦੂਜੇ ਵਿੱਚ ਵੱਜਦੇ ਨੇ, ਕਿਸੇ ਮੋਟਰਸਾਈਕਲ ਵੱਜਦਾ, ਕੋਈ ਗੱਡੀ 'ਚ ਵੱਜਦਾ। ਬਹੁਤ ਬੁਰਾ ਹਾਲ ਹੈ ਇੱਥੇ ਇਸ ਹਾਲ ਦਾ। ਕਬਾੜ ਇਹ ਸਾਰੀ ਸੜਕਾਂ ਪੱਟੀਆਂ ਪਈਆਂ, ਪਟਿਆਲੇ ਦਾ ਕੋਈ ਕੋਨਾ ਨਹੀਂ ਜਿੱਥੇ ਸੜਕ ਨਾ ਪੱਟੀ ਹੋਵੇ। ਜਦ ਦੀ ਸਰਕਾਰ 2-2.5 ਸਾਲਾਂ ਦੀ ਸਰਕਾਰ ਬਣੀ ਹੈ, ਇੱਕ ਪਾਸੇ ਵੀ 1 ਕਿਲੋਮੀਟਰ ਦੀ ਸੜਕ ਨਹੀਂ ਬਣੀ। ਸਾਰੀਆਂ ਸੜਕਾਂ ਤਕਰੀਬਨ ਪੱਟ ਤੀਆਂ, 10,000 ਕਿਲੋਮੀਟਰ ਦੀਆਂ। 1 ਕਿਲੋਮੀਟਰ ਸੜਕ ਨਹੀਂ ਬਣੀ, 10,000 ਕਿਲੋਮੀਟਰ ਪੱਟ ਤੀਆਂ। ਕੁਛ ਨੀ, ਸਰਕਾਰ ਨੇ, ਆਮ ਪਾਰਟੀ ਨੇ ਕੁਛ ਨੀ ਕੀਤਾ, 1 ਰੁਪਏ ਦਾ ਕੰਮ ਵੀ ਨੀ ਕੀਤਾ। ਸਿਰਫ ਘੁੰਮਣ ਸੈਰ ਸਪਾਟੇ, ਇੱਧਰ ਚੱਲੇ ਗਏ ਉੱਧਰ ਆ ਗਏ, ਇੱਧਰ ਚੱਲੇ ਗਏ ਉੱਧਰ ਆ ਗਏ। ਉਦਘਾਟਨ ਕਰਨ ਜਾਂਦੇ ਨੇ, ਪੂਰਾ ਸਾਰਾ ਦਿਨ ਪੁਲਿਸ ਲਾ ਦਿੰਦੇ ਆ। ਉਰੇ ਹੁਣ ਪਿੱਛੇ ਜੇ ਆਏ ਸੀ ਤ੍ਰਿਪਤੀ ਰੈਲੀ ਦੇ ਉੱਤੇ ਆਏ ਸੀ, ਉਰੇ ਸਾਡੇ ਡੱਬਾ ਹੀ ਪਿਆ ਸੀ ਨਾ ਖਾਲੀ, ਉਹ ਵਿੱਚ ਗਾ ਕੇ ਅੰਦਰ ਕਹਿੰਦਾ ਅੰਦਰ ਸੁੱਟ ਦੋ, ਨਹੀਂ ਤਾਂ ਦੁਕਾਨ ਬੰਦ ਕਰਾ ਦਾਂਗੇ। ਸਕੂਟਰ ਤੱਕ ਨਹੀਂ ਖੜਨ ਦਿੱਤੇ ਅਗਲਿਆਂ ਨੇ। ਕਾਹਦੀ ਆਮ ਪਾਰਟੀ ਹੋ ਗਈ? ਪਹਿਲੇ ਤੁਸੀਂ ਕਹਿੰਦੇ ਸੀ ਘੁੰਮਾਂਗੇ ਜੀ, ਫ੍ਰੀ ਮੈਂ ਘੁੰਮੋ, ਕੁਝ ਨਹੀਂ ਹੋਏਗਾ, ਸਾਡੀ ਸਰਕਾਰ ਕਿਵੇਂ ਚੱਲੇਗਾ? ਹੁਣ ਕੀ ਹੋਇਆ? ਸੜਕਾਂ ਦਾ ਵੀ ਬੁਰਾ ਹਾਲ ਥੋੜ੍ਹਾ ਜੀ। ਸਾਡੀ ਸਿਉਣਾ ਚੌਂਕ ਜੀ, ਆਨੰਦ ਨਗਰ ਵੀ ਆਪਣਾ, ਰਣਜੀਤ ਨਗਰ ਸਭ ਪੱਟਿਆ ਬਈ, ਉੱਧਰੋਂ ਮੀਂਹ ਪੈ ਜੇ ਪਾਣੀ 'ਚ ਲੰਘਣਾ ਔਖਾ ਹੋ ਜਾਵੇ। ਠੀਕ ਹੈ ਜੀ, ਹੁਣ ਜੀ ਪੱਟ ਪੱਟ ਕੇ ਰੱਖੀ ਨੇ ਸਾਰੀਆਂ ਸੜਕਾਂ। ਹਾਂਜੀ ਹਾਂਜੀ। ਕਿੰਨੇ ਸਮੇਂ ਤੋਂ ਖਰਾਬ ਸੜਕ? ਸਾਡੀ ਸਿਉਣਾ ਚੌਂਕ ਵਾਲੇ ਤਾਂ ਸ਼ੁਰੂ ਤੋਂ ਖਰਾਬ ਹੀ ਕਦੇ ਬਣੀ ਨੀ। ਪਟਿਆਲੇ ਸੜਕਾਂ ਦਾ ਕੀ ਹਾਲ ਹੈ? ਮਾੜਾ ਹੈ ਜੀ। ਕਿਤੇ ਕਿਹੜੇ ਕਿਹੜੇ ਖਰਾਬ ਹੈ? ਸਾਰੇ ਪਾਸੇ ਸਾਰਾ ਪੱਟਿਆ ਪਿਆ ਜੀ। ਅੱਛਾ ਜੀ। ਤੇ ਬਿਜਲੀ ਦੇ ਹੁੰਦੀ ਹੋਈ ਲਾਈਟ? ਪਰੇਸ਼ਾਨੀ ਹੁੰਦੀ ਹੈ ਬਹੁਤ।